ਕਹਾਣੀ ਇੱਕ ਨੋਵਲ ਦੀ ਡਾਕਟਰ ਦਲੀਪ ਗੌਰ ਟਿਵਾਣਾ ਦਾ ਨੋਵਲ ਹੈ ਪੀਲੇ ਪੱਤਿਆਂ ਦੀ ਦਾਸਤਾਂ ਪਹਿਲਾ ਅੰਕ 우ਸ਼ਾ ਦਾ ਵਿਆਹ ਕਰਕੇ ਮਾਸਟਰ ਮਦਨ ਲਾਲ ਜਿਵੇਂ ਆਪੇ ਚ ਨਹੀਂ ਸੀ ਮਿਉਂਦਾ ਹੁਣ ਤੇ ਉਹਨੂੰ ਪੱਕਾ ਹੀ ਯਕੀਨ ਹੋ ਗਿਆ ਸੀ ਕਿ 우ਸ਼ਾ ਸੱਚੀ ਮੱਚੀ ਕਿਸਮਤ ਵਾਲੀ ਹੈ ਉਹਨੇ ਤਾਂ ਸੋਚਿਆ ਸੀ ਔਖੇ ਸੌਖੇ ਬੀਏ ਪਾਸ ਕਰਵਾ ਦੇਾਂਗੇ ਸ਼ਕਲ ਸੂਰਤੋਂ ਚੰਗੀ ਹੈ ਫੇਰ ਤਾਂ ਖਬਰੇ ਕਿਸੇ ਪ੍ਰੋਫੈਸਰ ਨਾਲ ਹੀ ਵਿਆਹ ਹੋ ਜਾਏ ਮਾਸਟਰ ਮਦਨ ਲਾਲ ਦੀ ਜ਼ਿੰਦਗੀ ਵਿੱਚ ਬੜੀ ਰੀਤ ਸੀ ਪ੍ਰੋਫੈਸਰ ਬਣਨ ਦੀ ਪਰ ਘਰ ਦੀ ਤੰਗੀ ਕਾਰਨ ਉਹ ਐਮਏ ਕਰਨ ਲਈ ਸ਼ਹਿਰ ਹੌਸਟਲ ਦਾ ਖਰਚਾ ਨਹੀਂ ਸੀ ਭਰ ਸਕਦਾ ਉਹਨੇ ਤਾਂ ਬੀਐਡ ਵੀ ਵੋਟੀ ਦੇ ਗਹਿਣੇ ਵੇਚ ਕੇ ਕੀਤੀ ਸੀ ਉਸਾ ਨੂੰ ਉਹ ਬੜੀ ਭਾਗਾ ਵਾਲੀ ਸਮਝਦਾ ਸੀ ਜਦੋਂ ਹੀ ਉਹ ਹੋਈ ਉਦੋਂ ਮਾਸਟਰ ਮਦਨ ਲਾਲ ਬੀਐਡ ਚ ਪਾਸ ਹੋ ਗਿਆ ਤੇ ਉਦੋਂ ਉਹਦੀ ਇਸ ਪਿੰਡ ਦੇ ਸਕੂਲ ਚ ਨੌਕਰੀ ਲੱਗ ਗਈ ਪਿੰਡ ਦੇ ਲੋਕ ਬੜੇ ਚੰਗੇ ਸਨ ਮਾਸਟਰ ਮਦਨ ਲਾਲ ਦੀ ਬੜੀ ਇੱਜ਼ਤ ਕਰਦੇ ਸਨ ਸਾਗ ਬਾਜੀ ਲੱਕੜ ਤਿੰਬੜ ਇੱਥੋਂ ਤੱਕ ਕਿ ਦੁੱਧ ਬਾਦ ਵੀ ਤੇ ਵੀ ਉਹਨੇ ਕਦੇ ਪੈਸਾ ਨਹੀਂ ਸੀ ਲਾਇਆ ਇੱਕ ਦੋ ਟੇਸ਼ਨਾਂ ਤਾਂ ਹਮੇਸ਼ਾ ਹੀ ਉਹਦੇ ਕੋਲ ਰਹਿੰਦੀਆਂ ਸਨ ਤੇ ਪੈਸੇ ਉਹਨੇ ਕਦੇ ਕਿਸੇ ਨਾਲ ਖੋਲੇ ਨਹੀਂ ਸਨ ਅਗਲੇ ਸੋਚਦੇ ਮਾਸਟਰ ਦਾ ਹੱਕ ਨਹੀਂ ਰੱਖਣਾ ਚਾਹੀਦਾ ਨਹੀਂ ਤਾਂ ਅਗੰਤ ਨੂੰ ਭਰਾਂਗੇ ਤੇ ਨਾਲ ਜਿਹੜੇ ਵਿਦਿਆ ਦਾ ਦਾਨ ਦੇਵੇ ਉਹ ਤਾਂ ਗੁਰਪੀਰ ਦੇ ਬਰਾਬਰ ਹੋਇਆ ਸਕੂਲ ਭਾਵੇਂ ਮੁੰਡਿਆਂ ਦਾ ਸੀ ਪਰ ਮਾਸਟਰ ਮਦਨ ਲਾਲ ਨੇ ਉਸਾਂ ਨੂੰ ਉਸੇ ਚ ਪੜਨ ਲਾ ਦਿੱਤਾ ਉਦੀ ਦੇਖਾ ਦੇਖੀ ਕੁਝ ਹੋਰ ਕੁੜੀਆਂ ਵੀ ਆਉਣ ਲੱਗ ਪਈਆਂ ਸਨ। ਪੁਸ਼ਾ ਤੋਂ ਛੋਟੇ ਦੋ ਦੇ ਭਰਾ ਸਨ। ਤਿੰਨੇ ਇਕੱਠੇ ਸਕੂਲ ਚਲੇ ਜਾਂਦੇ। ਇਕੱਠੇ ਸਕੂਲਾਂ ਆ ਜਾਂਦੇ। ਮੁੰਝ ਵੀ ਮਾਸਟਰ ਮਦਨ ਲਾਲ ਲੱਗਦਾ ਸੀ ਕਿ ਮੁੰਡਿਆਂ ਤੇ ਕੁੜੀਆਂ 'ਚ ਭਲਾ ਕੀ ਫਰਕ ਹੁੰਦਾ ਹੈ। ਮੁੰਡਿਆਂ ਦੇ ਨਾਲ ਪੜਦੀ ਮੁੰਡਿਆਂ ਦੇ ਨਾਲ ਖੇਡਦੀ ਹੌਲੀ-ਹੌਲੀ ਉਹ ਪੜਾਈ 'ਚ, ਖੇਡਾਂ 'ਚ, ਡਰਾਮੇ, ਡਿਬੇਟਾਂ 'ਚ ਉਹਨਾਂ ਨਾਲ ਮੁਕਾਬਲਾ ਵੀ ਕਰਨ ਲੱਗ ਪਈ। ਤੇ ਫਿਰ ਮੁਕਾਬਲੇ 'ਚ ਉਹਨਾਂ ਨੂੰ ਪਿੱਛਾਂ ਛੱਡਣ ਲੱਗ ਪਈ। ਹੈੱਡਮਾਸਟਰ ਦੀ ਧੀ ਇਨਾ ਤਾਂ ਕਰਕੇ ਕੋਈ ਜਦੋਂ ਆਖਦਾ ਤਾਂ ਹੁਸ਼ਾ ਨੂੰ ਲੱਗਦਾ ਇਹ ਗਲਤ ਹੈ। ਉਹਨੂੰ ਤਾਂ ਲੱਗਦਾ ਸੀ ਉਹ ਕਿਤੇ ਵੀ ਕਿਸੇ ਮੁਕਾਬਲੇ ਵਿੱਚ ਵੀ ਕਿਸੇ ਨੂੰ ਵੀ ਹਰਾ ਸਕਦੀ ਹੈ। ਬਸ ਸਿਰਫ ਉਹਨੇ ਫੈਸਲਾ ਕਰਨਾ ਹੁੰਦਾ ਸੀ। 6ਵੇਂ ਵਿੱਚ ਪੜਦਿਆਂ ਉਹਨੇ ਹਮੇਸ਼ਾ ਤੋਂ ਫਰਸਟ ਆਉਣ ਦੇ ਜਸਪਾਲ ਨੂੰ ਆਖਿਆ ਸੀ ਐਤਕਿ ਫਰਸਟ ਮੈਂ ਆਵਾਂਗੀ ਤੇ ਉਹ ਫਰਸਟ ਆ ਗਈ ਸੀ। ਇੰਟਰ ਡਿਸਟ੍ਰਿਕਟ ਪੈਸ਼ਨ ਪ੍ਰਤੀਯੋਗਤਾ ਵਿੱਚ ਉਹਨੇ ਜਿੱਤ ਨੂੰ ਆਖਿਆ ਸੀ। ਚਲ ਚਲ ਸ਼ੀਲਡ ਜਿੱਤ ਕੇ ਲਿਆਈਏ ਤੇ ਉਸ ਸਾਲ ਸ਼ੀਲਡ ਮਾਸਟਰ ਮਦਨ ਲਾਲ ਦੇ ਸਕੂਲ ਨੂੰ ਆ ਗਈ ਸੀ ਗੱਲ ਕੀ ਕਦੇ-ਕਦੇ ਤਾਂ ਉਹਨੂੰ ਮਾਨੀ-ਮਾਨੇ ਲੱਗਣ ਲੱਗ ਜਾਂਦਾ ਕਿ ਜਦੋਂ ਬਹੁਤ ਗਰਮੀ ਤੋਂ ਘਬਰਾ ਕੇ ਉਹਨੇ ਆਖਿਆ ਸੀ ਰੱਬਾ ਮੀਂਹ ਪਾ ਦੇ ਤਾਂ ਅਥਨ ਨੂੰ ਘਟਾ ਟੋਪ ਬਦਲ ਹੋ ਗਏ ਸੀ ਤੇ ਜਦੋਂ ਇੱਕ ਦਿਨ ਉਹਨੇ ਚਾਇਆ ਸੀ ਰੱਬ ਕਰੇ ਅੱਜ ਸਕੂਲ ਤੋਂ ਛੁੱਟੀ ਹੋ ਜਾਏ ਤਾਂ ਸੱਚੀ ਉਸ ਦਿਨ ਛੁੱਟੀ ਸੀ ਪਰ ਇੱਕ ਗੱਲ ਤਾਂ ਉਹਨੂੰ ਅਫਸੋਸ ਵੀ ਬੜਾ ਸੀ ਮੱਝ ਦਾ ਸਾਰਾ ਕੰਮ ਸੰਨੀ ਕਰਨੀ ਪਾਣੀ ਪਲਾਉਣਾ ਧਾਰ ਕਢਣੀ ਮਾਂ ਸਭ ਕੁਝ ਉਸੇ ਤੋਂ ਕਰਾਉਂਦੀ ਸੀ ਤੇ ਇੱਕ ਦਿਨ ਜਦੋਂ ਉਹ ਸਕੂਲ ਦਾ ਕੰਮ ਕਰ ਰਹੀ ਸੀ ਤਾਂ ਮਾਂ ਨੇ ਬਾਰ ਬਾਰ ਸੰਨੀ ਕਰਨ ਲਈ ਆਖਿਆ ਸੀ ਉਹ ਖਿੱਚ ਕੇ ਬੋਲੀ ਐਦੂ ਤਾਂ ਮਰ ਜੇ ਤੇਰੀ ਮੈਂ ਤੇ ਕੁਝ ਦਿਨਾਂ ਮਗਰੋਂ ਮੱਝ ਸੱਚੀ ਮੁੱਚੀ ਬਿਮਾਰ ਹੋ ਕੇ ਮਰ ਗਈ ਸੀ ਉਦੋਂ ਤੋਂ ਮਾਂ ਖਿੱਚ ਕੇ ਕਈ ਵਾਰ ਆਖ ਚੁੱਕੀ ਐ ਇਹਦਾ ਕਾਲੀ ਜੀਬ ਵਾਲੀ ਐ ਪਰ ਮਾਸਟਰ ਮਦਨ ਲਾਲ ਹਮੇਸ਼ਾ ਆਖਦਾ ਮੇਰੀ ਇੱਥੀ ਬੜੀ ਕਰਮਾ ਵਾਲੀ ਐ ਦੋ ਭਾਈਆਂ ਦੀ ਬਾਹ ਫੜਕੇ ਲਿਆਈ ਐ ਤੇ ਪੜਾਈ 'ਚ ਲੈ ਕੇ ਨੀ ਸ਼ਕਲ ਸੂਰਤ ਤੋਂ ਕਿਸੇ بڑے ਘਰ ਦੀ ਧੀ ਲੱਗਦੀ ਐ ਤੇ ਇੱਕ ਜੋਤਸ਼ੀ ਨੇ ਮਾਸਟਰ ਮਦਨ ਲਾਲ ਨੂੰ ਇਹ ਵੀ ਦੱਸਿਆ ਸੀ ਕਿ ਬੱਚੀ ਤੇਰੀ ਦੇ ਹੱਥ ਵਿੱਚ ਤਾਂ ਰਾਜ ਯੋਗ ਐ ਬਹੁਤ بڑے ਘਰ ਜਾਊ ਤੇ ਜੋਤਸ਼ੀ ਦੀ ਗੱਲ ਸੱਚ ਨਿਕਲੀ ਸੀ ਪੀ ਐਸ ਸੀ ਅਫਸਰ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਫਿਰ ਅਗਲਿਆਂ ਨੇ ਆਪ ਮੰਗ ਕੇ ਰਿਸ਼ਤਾ ਲਿਆ ਮਾਸਟਰ ਮਦਨ ਲਾਲ ਨੇ ਤਾਂ ਸਗੋਂ ਇੱਕ ਅੱਧੀ ਵਾਰੀ ਸੋਚਿਆ ਵੀ ਕਿ 우샤 ਬੀਏ ਕਰ ਲੰਦੀ ਤਾਂ ਚੰਗਾ ਸੀ ਪਰ ਅਗਲਿਆਂ ਇੰਨੀ ਦੇਰ ਕਿੱਥੇ ਉਡੀਕਣਾ ਸੀ ਤੇ ਐਡਾ ਚੰਗਾ ਥਾ ਮਾਸਟਰ ਮਦਨ ਲਾਲ ਦਾ ਕਹਿਣਾ ਸੀ ਕਿਸੇ ਕਰਮਾ ਵਾਲੇ ਦੇ ਫਲ ਨਾਲ ਹੀ ਮਿਲਦਾ ਹੈ ਮਾਸਟਰ ਮਦਨ ਲਾਲ ਨੇ ਤਾਂ ਅਜੇ 우샤 ਦੇ ਵਿਆਹ ਬਾਰੇ ਸੋਚਿਆ ਵੀ ਨਹੀਂ ਸੀ ਉਹ ਤਾਂ 10ਵੀਂ ਦਾ ਇਮਤਿਹਾਨ ਦੇ ਕੇ ਸ਼ਹਿਰ ਆਪਣੀ ਮਾਸੀ ਨੂੰ ਮਿਲਣ ਗਈ ਸੀ ਉੱਥੇ ਕਿਤੇ ਅਗਲਿਆਂ ਦੇਖ ਲਈ ਮਾਸੀ ਤਾਂ ਫੁੱਲੀ ਨਹੀਂ ਸੀ ਸਮਾਉਂਦੀ ਜਦੋਂ ਉਹਨੇ ਆ ਕੇ ਸਾਰੀ ਗੱਲ ਆਪਣੀ ਭੈਣ ਤੇ ਮਾਸਟਰ ਮਦਨ ਲਾਲ ਨੂੰ ਦੱਸੀ ਕਿ ਕਿਵੇਂ ਮੁੰਡੇ ਵਾਲਿਆਂ ਆਪ ਸੁਨੇਹਾ ਭੇਜਿਆ ਪਲਦੋ ਪਲ ਲਈ ਤਾਂ ਮਾਸਟਰ ਮਦਨ لال ਨੂੰ ਸ਼ੱਕ ਹੋਇਆ ਸੀ ਕਿ ਜਿਹੜਾ ਆਪ ਰਿਸ਼ਤਾ ਮੰਗਦੇ ਨੇ ਨਾਲੇ ਫੇਰ ਏਡੀ ਛੇਤੀ ਵਿਆਹ ਚ ਕੋਈ ਗੱਲ ਹੀ ਨਾ ਹੋਵੇ ਪਰ ਜਦੋਂ ਸ਼ਹਿਰ ਜਾ ਕੇ ਉਹ ਆਪ ਤਸੱਲੀ ਕਰ ਆਇਆ ਕਿ ਘਰ ਵੀ ਚੰਗਾ ਹੈ ਮੁੰਡਾ ਵੀ ਰੋਜ਼ਗਾਰ ਦੇ ਸਿਰੇ ਹੈ ਤੇ ਕੁੰਡਲੀਆਂ ਵੀ ਮਿਲਦੀਆਂ ਨੇ ਫੇਰ ਤਾਂ ਉਹਨੂੰ ਪੱਕਾ ਯਕੀਨ ਹੋ ਗਿਆ ਕਿ ਸਭ 우ਸ਼ਾ ਦੇ ਬੜੇ ਭਾਗਾ ਦੀ ਖੇਡ ਹੈ ਹੋਰ ਗੱਲ ਕੋਈ ਨਹੀਂ ਪਤਾ ਲੱਗਣ ਉੱਤੇ ਕਿ ਮਾਲਿਕ ਸਾਹਿਬ ਦੇ ਮਾਂ-ਬਾਪ ਵਿਆਹ ਛੇਤੀ ਮੰਗ ਰਹੇ ਐ ਪਹਿਲਾਂ ਤਾਂ 우ਸ਼ਾ ਦੀ ਮਾਂ ਨੂੰ ਫਿਕਰ ਹੋਇਆ ਪਰ ਫਿਰ ਉਹਨੇ ਆਖਿਆ ਚਲੋ ਉਹ ਜਾਣੇ ਬਹੁਤੀ ਤਿਆਰੀ ਜੇ ਨਹੀਂ ਹੋਈ ਧੀਆਂ ਨੂੰ ਤਾਂ ਸਦਾ ਹੀ ਦੇਣਾ ਫਿਰ ਦਿੰਦੇ ਰਹਾਂਗੇ ਵਿਆਹ ਦੇ ਦੋ ਜੇ ਅਗਲੇ ਇੰਨਾ ਬਹੁਤੀ ਆਖਦੀ ਐ 우샤 ਨੇ ਇੱਕ ਦਿਨ ਲਾੜ ਤੇ ਉਪਰੇ ਗੁੱਸੇ ਜੇ ਨਾਲ ਆਖਿਆ ਸੀ ਪਪਾ ਤੁਸੀਂ ਤੇ ਮੈਨੂੰ ਵੀਏ ਕਰਾਉਣੀ ਸੀ ਕਰਵਾਉਣੀ ਤਾਂ ਸੀ ਪਰ ਤੇਰੀ ਕਿਸਮਤ ਬਹੁਤ ਤੇਜ਼ ਹੈ ਹੁਣ ਤੂੰ ਵੀਏ ਕਰਕੇ ਕੀ ਲੈਣਾ ਪੀਸੀਐਸ ਅਫਸਰ ਵਿੱਚੋਂ ਹੀ ਡੀਸੀ ਬਣ ਜਾਂਦੇ ਨੇ ਫਿਰ ਤਾਂ ਜ਼ਿਲ੍ਹੇ ਦੀ ਮਾਲਕਨ ਹੋਏਗੀ ਸਾਡੇ ਭਾਈ ਅੜਦੇ ਥੁਰਦੇ ਸਿਫਾਰਿਸ਼ ਮੰਨ ਲਿਆ ਕਰੀ ਹੋਰ ਨਾ ਨੌਕਰ ਚਾਕਰ ਕਿਧਰੇ ਬਾਰੋਈ ਮੋੜ ਦਿਆ ਕਰਨ ਮਾਸਟਰ ਮਦਨ ਲਾਲ ਨੇ ਹਾਸੇ ਮਜ਼ਾਕ ਨਾ ਲਾਖਿਆ ਸੀ ਫਿਰ ਰੂਸ਼ਾ ਦਾ ਵਿਆਹ ਕਰਨ ਮਗਰੋਂ ਇੱਕ ਦੋ ਬੰਦਿਆਂ ਦੀ ਸਿਫਾਰਿਸ਼ ਕਰਕੇ ਜਦੋਂ ਕੰਮ ਵੀ ਕਰਵਾਇਆ ਸੀ ਤੋਂ ਜਿਵੇਂ ਆਪੇ ਵਿੱਚ ਨਹੀਂ ਸੀ ਮਿਉਂਦਾ ਸਭ ਤੇਰੀ ਨੀਤ ਨੂੰ ਮੁਰਾਦਾ ਨੇ ਮਾਸਟਰ ਜੀ ਕੁੜੀ ਸਾਰੀ ਉਮਰ ਰਾਜ ਕਰੋ ਜਦੋਂ ਵਡੇਰੀ ਉਮਰ ਦੀ ਕੋਈ ਔਰਤ ਮਾਸਟਰ ਮਦਨ ਲਾਲ ਨੂੰ ਆਖਦੀ ਤਾਨੂੰ ਲੱਗਦਾ 우샤 ਕਿਸੇ ਵੱਡੇ ਘਰ ਜਾਣ ਦੀ ਹੀ ਲਾਇਕ ਸੀ ਅੰਗ ਦੂਸਰਾ ਉੱਪਰਲੀ ਮੰਜ਼ਿਲ ਤੇ ਬੈਡਰੂਮ ਦੇ ਪਿਛਲੇ ਪਾਸੇ ਵਾਲੀ ਬਾਰੀ ਚ ਖੜੋਤੀ 우샤 ਨੂੰ ਜੇ ਕੋਈ ਦੂਰੋਂ ਦੇਖਦਾ ਤਾਂ ਫਰੇਮ ਚ ਜੜੀ ਤਸਵੀਰ ਪ੍ਰਤੀਤ ਹੁੰਦੀ ਸੀ ਕਿੰਨਾ ਕਿੰਨਾ ਚਿਹਰਾ ਇਸ ਬਾਰੀ ਚੋਂ ਤਸਵੀਰ ਵਾਂਗ ਹੀ ਖੜੀ ਰਹਿੰਦੀ ਅਸਲ ਚ ਕੋਠੀ ਦੇ ਮਗਰ ਸੜਕ ਤੋਂ ਪਾਰ ਜਿਹੜਾ ਬਾਗ ਸੀ ਉਹਦੇ ਫੁੱਲਾਂ ਬੂਟਿਆਂ ਰੁੱਖਾਂ ਵੇਲਾਂ ਇੱਥੋਂ ਤੱਕ ਕਿ ਉਸ ਚ ਵਗਦੇ ਖਾਲਾਂ ਲੋਕਾਂ ਦੇ ਤੁਰਨ ਨਾਲ ਬੜੀਆਂ ਡੰਡੀਆਂ ਰੁੱਖਾਂ ਦੇ ਤੁਰੇ ਫਿਰਦੇ ਪੰਛੀਆਂ ਸਭ ਨੂੰ ਉਹ ਜਿਵੇਂ ਜਾਣਦੀ ਸੀ ਤੇ ਬਾਗ ਤੋਂ ਪਾਰ ਲੰਘ ਕੇ ਇੱਕ ਡੰਡੀ ਜਿਹੜੀ ਗੁੰਮ ਹੋ ਜਾਂਦੀ ਸੀ ਉਸ ਨੂੰ ਲੱਗਦਾ ਉਹਦੇ ਪਿੰਡ ਨੂੰ ਜਾਂਦੀ ਸੀ ਉਸ ਬਾਰੀ ਚ ਖਲੋਤੀ ਕਿੰਨੀ ਵਾਰ ਉਸ ਡੰਡੀ ਤੋਂ ਤੁਰਦੀ ਆਪਣੇ ਪਿੰਡ ਗਈ ਸੀ ਪਿੰਡ ਜਿੱਥੇ ਉਹਦਾ ਘਰ ਸੀ ਮਾਂ ਪਿਓ ਸਨ ਭਾਈ ਸਨ ਪਿੰਡ ਦਾ ਸਕੂਲ ਸੀ ਲੋਕ ਸਨ ਸ਼ੇਰਾਂ ਵਾਲੀ ਦਾ ਮੰਦਿਰ ਸੀ ਗਿਆਨ ਦਾ ਸਾ ਡੇਰਾ ਸੀ 6ਵੀਂ ਪਾਤਸ਼ਾਹੀ ਦਾ ਗੁਰਦੁਆਰਾ ਸੀ ਜਿੱਥੋਂ ਰਾਈਆਂ ਪਾਂਧੀਆਂ ਲਈ ਨਿਤ ਭਾਈ ਜੀ ਰੋਟੀਆਂ ਮੰਗਣ ਆਉਂਦਾ ਸੀ ਉੱਥੇ ਸਿਰ ਤੇ ਕਲਗੀਆਂ ਬੰਨ ਕੇ ਹੱਥ 'ਚ ਟੱਲੀਆਂ ਫੜ ਕੇ ਬਗਲੀਆਂ ਪਾ ਕੇ ਭੋਲੇनाथ ਮੰਗਣ ਆਉਂਦੇ ਉੱਥੇ ਖੇਤ ਸਨ ਰੁੱਖ ਸਨ ਖੂ ਟੋਬੇ ਸਨ ਗਾਵਾਂ ਮੱਜਾ ਸਨ ਲੋਕ ਸਨ ਜਿਉਂਦੇ ਲੋਕ ਤੇ ਉੱਥੇ ਜਿਵੇਂ ਸਭ ਰੁੱਤਾਂ ਵੀ ਸਨ ਕੜਕ ਦੇ ਦੁਪਹਿਰੇ ਸਿਆਲ ਦੀਆਂ ਠਰੀਆਂ ਰਾਤਾਂ ਮੀਂਹ 'ਚ ਭੱਜੇ ਫਿਰਦੇ ਬੱਚੇ ਸਵੇਰ ਨੂੰ ਵੱਗ ਛਿੜਦੇ ਆਥਨ ਨੂੰ ਵਗ ਘਰਾਂ ਨੂੰ ਪਰਤਦੇ ਘਰ ਦੇ ਜੀਆਂ ਵਾਂਗੂ ਤੁਰੇ ਫਿਰਦੇ ਕੁੱਤੇ ਬਿੱਲੇ ਚਿੜੀਆਂ ਕਬੂਤਰ ਦੇਵੀ ਭਾਗੀਰਥ ਉਹਦੇ ਪਤੀ ਨੇ ਜਦੋਂ ਆਵਾਜ਼ ਮਾਰੀ ਉਹ ਜਿਵੇਂ ਤਰਹਿ ਕੇ ਬਾਰੀ ਮੋਰੀ ਉਪਰਤੀ ਮੈਂ ਦਵਾਈ ਭੁੱਲ ਗਿਆ ਸੀ ਇਸ ਲਈ ਰਾਹ ਚ ਮੁੜ ਆਇਆ ਕਿੱਥੇ ਰੱਖੀ ਐ ਗੋਲੀਆਂ ਦੀ ਸ਼ੀਸ਼ੀ ਬਿਨਾਂ ਕੁਝ ਆਖਿਆ 우ਸ਼ਾ ਨੇ ਕਾਰਨ ਸਤੁੱ ਛੁੱਕ ਕੇ ਗੋਲੀਆਂ ਦੀ ਸ਼ੀਸ਼ੀ ਫੜਾ ਦਿੱਤੀ ਪਾਣੀ ਦਾ ਗਲਾਸ ਲਿਆ ਦਿੱਤਾ ਸ਼ੀਸ਼ੀ ਖੋਲ ਕੇ ਦੋ ਗੋਲੀਆਂ ਪਾਣੀ ਨਾਲ ਲੈ ਕੇ ਸ਼ੀਸ਼ੀ ਬੰਦ ਕਰਕੇ ਜੇਬ ਚ ਪਾ ਕੇ ਭਾਗੀ ਰਥ ਜਾਣ ਲੱਗਿਆ ਉਹਦੇ ਵੱਲ ਤੱਕ ਕੇ ਬਸ ਇਨਾ ਹੀ ਬੋਲਿਆ ਇਹ ਤੇਰਾ ਕੰਮ ਹੈ ਦੇਵੀ ਯਾਦ ਰੱਖਣਾ ਵੀ ਦਵਾਈ ਵੀ ਦੇਣੀ ਹੈ ਤੇ ਉਹ ਨਹੀਂ ਪੈਰੀਂ ਚਲਾ ਗਿਆ ਹਾਂ ਇਹੀ ਗੱਲ ਤਾਂ ਜਾਣ ਤੋਂ ਪਹਿਲਾਂ ਉਹਨੂੰ ਮਾਂਜੀ ਸਮਝਾ ਕੇ ਗਏ ਸੀ ਕਿ ਇਹਦੇ ਖਾਣ ਪੀਣ ਦਾ ਆਰਾਮ ਦਾ ਤੇ ਦਵਾਈ ਦਾ ਹੁਣ ਤੂੰ ਖਿਆਲ ਰੱਖਣਾ ਖਿਆਲ ਤੋਂ ਬੜਾ ਰੱਖਦੀ ਸੀ ਫਿਰ ਵੀ ਜਾਣੇ ਕਿਉਂ ਕਦੇ-ਕਦੇ ਉਹਨੂੰ ਸਭ ਕੁਝ ਭੁੱਲ ਜਾਂਦਾ ਸੀ ਇਥੋਂ ਤੱਕ ਕਿ ਸਵੇਰੇ ਜਦੋਂ ਜਾਗਦੀ ਤਾਂ ਉਹਨੂੰ ਬੜਾ ਅਜੀਬ ਲੱਗਦਾ ਕਿ ਉਹ ਆਪਣੇ ਪਿੰਡ ਦੀ ਥਾਂ ਕਿਸੇ ਹੋਰ ਹੀ ਸ਼ਹਿਰ 'ਚ ਐ। ਕਾਂਕਾਂ ਕਰਦਾ ਇਹ ਸ਼ਹਿਰ ਸਮੁੰਦਰ ਚੁੱਗੇ ਟਾਪੂਆਂ ਵਰਗੇ, ਏ ਘਰ ਗੁੱਡੇ ਗੁੱਡੀਆਂ ਵਰਗੇ ਝੂਠੀ-ਮੁੱਠੀ ਦੇ ਲੋਕ ਜਿਵੇਂ ਉਹ ਕਿਸੇ ਹੋਰ ਹੀ ਦੇਸ਼ 'ਚ ਆ ਗਈ ਸੀ, ਕਿਸੇ ਹੋਰ ਹੀ ਸਦੀ ਵਿੱਚ। ਕਦੇ-ਕਦੇ ਕੋਈ ਭਾਂਡਾ ਹੱਥ 'ਚੋਂ ਡਿੱਗ ਕੇ ਜਦੋਂ ਟੁੱਟ ਜਾਂਦਾ, ਉਹ ਪੈ ਭੀਤ ਜੀ ਹੋ ਕੇ ਸੋਚਦੀ। ਇੱਥੇ ਭਾਂਡੇ ਟੁੱਟਣ ਦੀ ਆਵਾਜ਼ ਵੀ ਏਉਂ ਐ ਜਿਵੇਂ ਕਿਦਰੇ ਬੰਬ ਫਟਿਆ ਹੋਵੇ। ਪਰ ਨਹੀਂ ਕੁਝ ਵੀ ਟੁੱਟੇ ਭੱਜੇ ਜਿਵੇਂ ਭਾਗੀਰਥ ਨੇ ਕਦੀ ਉਹਨੂੰ ਕੁਝ ਆਖਿਆ ਨਹੀਂ ਸੀ ਉਹ ਤੇ ਸਗੋਂ ਖੁਸ਼ ਹੋ ਕੇ ਆਖਦਾ ਤੂੰ ਤੇ ਇੱਕ ਜੰਗਲੀ ਫੁੱਲ ਐ ਸ਼ਹਿਰੀ ਲੋਕਾਂ ਨੂੰ ਜਿਹੜਾ ਦੇਖਣ ਨੂੰ ਵੀ ਨਸੀਬ ਨਹੀਂ ਹੁੰਦਾ ਤੇ ਮੈਨੂੰ ਤੂੰ ਸਾਰੀ ਉਮਰ ਲਈ ਮਿਲ ਗਈ ਐ ਸਾਰੀ ਉਮਰ 우ਸ਼ਾ ਨੂੰ ਲੱਗਦਾ ਸਾਰੀ ਉਮਰ ਤੇ ਅੱਗੋਂ ਉਹ ਤੋਂ ਕੁਝ ਵੀ ਸੋਚਣਾ ਹੁੰਦਾ ਆਪਾਂ ਨੂੰ ਘਰ ਕਿਧਰੇ ਹੋਰ ਨਹੀਂ ਮਿਲ ਸਕਦਾ ਇੱਕ ਦਿਨ 우ਸ਼ਾ ਨੇ ਭਾਗੀਰਥ ਨੂੰ ਪੁੱਛਿਆ ਹੈ ਕੰਮਲੀ ਅੱਡੀ ਵੱਡੀ ਏ ਕੋਠੀ ਏ ਪਿਛਲੇ ਪਾਸੇ ਪਾਰਕ ਐ ਦਫਤਰ ਨੇੜੇ ਐ ਤੇ ਮੇਰਾ ਮਤਲਬ ਐ ਸਾਹਮਣੇ ਜਿਹੜਾ ਹਸਪਤਾਲ ਐ ਹਸਪਤਾਲ ਆਪਾਂ ਨੂੰ ਕੀ ਆਖਦਾ ਨਾਲੇ ਸੜਕ ਤੋਂ ਪਾਰ ਐ ਉੰਜ ਤਾਂ ਭਾਗੀ ਰਤ ਠੀਕ ਆਖਦਾ ਸੀ ਹਸਪਤਾਲ ਸੜਕ ਤੋਂ ਪਾਰ ਸੀ ਪਰ ਘਰ ਦੀ ਉੱਪਰਲੀ ਮੰਜ਼ਲ ਤੇ ਖੜੋਤਿਆਂ ਦੂਰੋਂ ਲੋਕ ਆਉਂਦੇ ਜਾਂਦੇ ਦਿਸਦੇ ਸਨ ਇਸ ਘਰ ਚ ਆ ਕੇ ਹੁਸ਼ਾ ਨੂੰ ਲੱਗਿਆ ਸੀ हे राम ਹਸਪਤਾਲ ਚੋਂ ਜਾਣ ਵਾਲਿਆਂ ਦੀ ਕਿੱਡੀ ਭੀੜ ਰਹਿੰਦੀ ਸੀ ਜਿਵੇਂ ਸਾਰਾ ਸ਼ਹਿਰ ਹੀ ਬਿਮਾਰ ਪੈ ਗਿਆ ਹੋਵੇ ਕਦੇ-ਕਦੇ ਕਿਸੇ ਮਰ ਗਏ ਦੇ ਵਾਰਸ লাশ ਨੂੰ ਲੈ ਕੇ ਰੋਂਦੇ-ਕਰਲਾਉਂਦੇ ਹਸਪਤਾਲ ਦੇ ਗੇਟ ਤੋਂ ਨਿਕਲਦੇ ਤਾਂ ਉਸਾ ਦਾ ਜਿਵੇਂ ਤਰਾ ਨਿਕਲ ਜਾਂਦਾ ਉਹ ਕਿੰਨਾ-ਕਿੰਨਾ ਚਿਰ ਪੂਜਾ ਵਾਲੇ ਕਮਰੇ 'ਚ ਜਾ ਕੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਅੱਗੇ ਬੈਠੀ ਮੰਨਤਾ ਮੰਦੀ ਰਹਿੰਦੀ ਕਿ ਸਾਡੇ ਘਰ ਸੁੱਖ ਰਹੇ ਇਸ ਘਰ ਵੀ ਤੇ ਪੇਕੇਆਂ ਦੇ ਘਰ ਵੀ ਪਰ ਜਦੋਂ ਦਾ ਉਹਨੂੰ ਪਤਾ ਲੱਗਿਆ ਸੀ ਕਿ ਭਾਗੀਰਥ ਨੂੰ ਫੇਫੜਿਆਂ ਦੀ ਬਿਮਾਰੀ ਹੈ ਉਹ ਪੇਕੇ ਘਰ ਨੂੰ ਭੁੱਲ ਹਰ ਵੇਲੇ ਇਸੇ ਘਰ ਦੀ ਸੁੱਖ ਮੰਗਦੀ ਰਹਿੰਦੀ ਭਾਗੀਰਥ ਨੇ ਉਹਨੂੰ ਬਥੇਰਾ ਸਮਝਾਇਆ ਸੀ ਵੀ ਉਹ ਏਡਾ ਬਿਮਾਰ ਨਹੀਂ ਨਿਤ ਦਫਤਰ ਜਾਂਦਾ ਹੈ ਰੋਟੀ ਟੁੱਕ ਖਾਂਦਾ ਹੈ ਬਸ ਦਵਾਈਆਂ ਹੀ ਫालतू ਖਾਣੀਆਂ ਪੈਂਦੀਆਂ ਜਾਂ ਫਿਰ ਉਹ ਆਮ ਨਾਲੋਂ ਕੁਝ ਵੱਧ ਥੱਕ ਜਾਂਦਾ ਸੀ ਵਿਆਹ ਵਾਲੀ ਰਾਤ ਜਦੋਂ ਭਾਗੀਰਥ ਨੇ ਉਹਨੂੰ ਆਖਿਆ ਸੀ ਮੇਰੀਆਂ ਜ਼ਰਾਂ ਲੱਤਾਂ ਦਵਾ ਦੇ ਮੈਂ ਬਹੁਤ ਥੱਕ ਗਿਆ ਇਸ ਖਲਜਗੰਢ ਤਾ ਉਹਨੂੰ ਭਾਗੀਰਥ ਵੱਲ ਵੇਖ ਕੇ ਕੁਝ ਸਮਝ ਨਹੀਂ ਸੀ ਲੱਗਿਆ ਤੇ ਛਣ ਛਣ ਕਰਦੇ ਝੂੜੇ ਚੂੜੀਆਂ ਵਾਲੀਆਂ ਵਾਲੇ ਹੱਥਾਂ ਨਾਲ ਉਹਦੀਆਂ ਲੱਤਾਂ ਘੁੱਟਣ ਲੱਗ ਪਈ ਸੀ ਬੜਾ ਸੁੱਖ ਮਿਲਦਾ ਏ ਉਹ ਕੁਟਾਰ ਨਾਲ ਭਾਗੀਰਥ ਨੇ ਮੋਹ ਨਾਲ ਉਹਦੇ ਵੱਲ ਤੱਕਦੇ ਆ ਗਿਆ ਸੀ ਨੀਵੀਂ ਪਾਈ ਕਿੰਨਾ ਹੀ ਚਿਰ ਉਹਦੀਆਂ ਲੱਤਾਂ ਦਬਾਉਂਦੀ ਰਹੀ ਕਿੰਨਾ ਹੀ ਚਿਰ ਮਗਰੋਂ ਜਦੋਂ ਉਸ ਵੱਲ ਚਾਕੀ ਤਾਂ ਉਹ ਸੌ ਚੁੱਕਾ ਸੀ ਸੁੱਤੇ ਪਏ ਭਾਗੀਰਥ ਵੱਲੋਂ ਨੇ ਸਵਾਰ ਕੇ ਦੇਖਿਆ ਭਾਗੀਰਥ ਨੂੰ ਬਹੁਤ ਚੰਗਾ ਲੱਗਿਆ ਲੱਤਾਂ ਦਬਾਉਂਦਿਆਂ ਰਹਿਣ ਨਾਲ ਕਿਤੇ ਜਾਗਤਾ ਨਹੀਂ ਪੈਣਗੀ ਇਹ ਸੋਚਦਿਆਂ ਉਹਦੇ ਹੱਥ اٹਕ ਗਏ ਭਾਗੀਰਥ ਸੱਚੀ ਜਾਗ ਪਿਆ ਥੱਕ ਗਈ ਅੱਛਾ ਸੌਂ ਜਾ ਆਕੋ ਪਾਸਾ ਪਲਟ ਕੇ ਪੈ ਗਿਆ ਪਰੂਸ਼ਾ ਨੂੰ ਬਹੁਤ ਦੇਰ ਤੱਕ ਨੀਂਦ ਨਹੀਂ ਸੀ ਆਈ ਉਹ ਪਿਛਲੀ ਬਾਰੀ ਵਿੱਚੋਂ ਬਾਹਰ ਤਾਰਿਆਂ ਵੱਲ ਦੇਖਦੀ ਰਹੀ ਤਾਰਿਆਂ ਉੱਪਰ ਦੀ ਤੁਰਦੀ ਆਪਣੇ ਪਿੰਡ ਪਹੁੰਚ ਗਈ ਕੱਲ ਆਥ ਨੇ ਜਿਹੜੀ ਕਾਲੀ ਬੋਲੀ ਨੇਰੀ ਚੱਲੀ ਸੀ ਕਿੰਨੇ ਕੱਚੇ ਫਲ ਝਾੜ ਗਏ ਹੋਣਗੇ ਕਦੇ-ਕਦੇ ਤਾਂ ਦਰਖਤ ਦਾ ਉਟਾਣ ਵੀ ਟੁੱਟ ਜਾਂਦਾ ਜਿਸ ਉੱਤੇ ਕਿਸੇ ਪੰਛੀ ਨੇ ਆਲਣਾ ਪਾਇਆ ਹੁੰਦਾ ਉਹਨਾਂ ਸਾਰੇ ਦਰਖਤਾਂ ਕੋਲ ਗਈ ਜਿਨ੍ਹਾਂ ਦੇ ਕੱਚੇ ਫਲ ਹਨੇਰੀ 'ਚ ਝੜ ਗਏ ਸਨ ਤੇ ਹਰ ਉਸ ਪੰਛੀ ਕੋਲ ਵੀ ਜਿਸ ਕਿਸੇ ਦੇ ਆਲਣਾਵਲ ਆਲਣੇ ਵਾਲਾ ਟਾਂ ਟੁੱਟਿਆ ਸੀ ਹਮੇਸ਼ਾ ਵਾਂਗ ਮਾਸਟਰ ਮਦਨ ਲਾਲ ਉਹਦਾ ਪਾਪਾ ਆਖ ਰਿਹਾ ਸੀ ਰੱਬ ਦੇ ਪ੍ਰਕਿਰਤੀ ਦੇ ਆਪਣੇ ਨਾਮ ਨੇ ਕਦੇ ਤੁਹਾਨੂੰ ਉਹਨਾਂ ਦੀ ਸਮਝ ਲੱਗ ਜਾਂਦੀ ਹੈ ਤੇ ਕਦੇ ਨਹੀਂ ਮਾਂ ਕੀ ਪਾਪਾ ਠੀਕ ਆਖਦੇ ਨੇ ਉਹਨੇ ਜਦੋਂ ਵੀ ਕਦੇ ਪੁੱਛਿਆ ਸੀ ਤਾਂ ਮਾਂ ਨੇ ਹਮੇਸ਼ਾ ਇਹੀ ਆਖਿਆ ਸੀ ਕਿ ਠੀਕ ਹੈ ਕੀ ਠੀਕ ਨਹੀਂ ਇਹ ਸੋਚਣਾ ਤੇਰੇ ਪਾਪਾ ਦਾ ਹੀ ਕੰਮ ਹੈ ਤੇ ਉਹ ਮਾਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਜਾਂਦੀ ਸੀ ਅੱਜ ਤਾਰਿਆਂ 'ਚ ਤੁਰੀ ਫਿਰਦੀ ਨੂੰ ਉਹਨੂੰ ਆਪਣਾ ਮਾਂ ਪਿਓ ਦਾ ਪਤਾ ਨਹੀਂ ਕਿਵੇਂ ਖਿਆਲ ਆ ਗਿਆ ਸੀ ਤੇ ਫਿਰ ਭਾਗੀਰਥ ਦੀ ਮਾਂ ਕਹਿੰਦੀ ਸੁਣਾਈ ਦਿੱਤੀ ਰਿਸ਼ਤੇ ਬਥੇਰੇ ਚੰਗੇ ਚੰਗੇ ਘਰਾਂ ਦੇ ਬਥੇਰੀਆਂ ਪੜੀਆਂ ਲਿਖੀਆਂ ਦੇ ਆਉਂਦੇ ਸੀ ਮੈਨੂੰ ਤਾਂ ਸੌਜੀ ਕੁੜੀ ਚਾਹੀਦੀ ਸੀ ਜਿਹੜੀ ਮੇਰੇ ਪੁੱਤ ਦੀ ਸੇਵਾ ਕਰੇ ਉਹਦਾ ਮਨ ਕੀਤਾ ਆਖੇ ਮਾਂ ਮੇਰੇ ਤਾਂ ਹੁਣੇ ਸਿਰ ਦੇ ਸਾਈ ਨੇ ਤੇ ਜਦੋਂ 우ਸ਼ਾ ਇਹ ਸਭ ਗੱਲਾਂ ਕਰ ਰਹੀ ਸੀ ਤਾਂ ਰਾਤ ਚੁੱਪਚਾਪ ਉਹਦੀ ਬਾਹੀ ਕੋਲੋਂ ਦੀ ਲੰਗੀ ਜਾ ਰਹੀ ਸੀ ਫਿਰ ਪਤਾ ਨਹੀਂ ਕਦੋਂ ਨੂੰ ਨੀਂਦ ਆ ਗਈ। ਮਾਂ ਨੇ ਆਖਿਆ ਵੀ ਸੀ ਵੀ ਉੱਥੇ ਜਾ ਕੇ ਛੇਤੀ ਉੱਠ ਜਾਇਆ ਕਰੀ। ਫਿਰ ਵੀ ਉਹ ਦੇਰ ਤੱਕ ਸੁੱਤੀ ਪਈ ਸੀ। ਉਠੋ ਦੇਵੀ ਜੀ। ਭਾਗੀਰਥ ਨੇ ਜਦੋਂ ਜਗਾਇਆ ਉਹਨੂੰ ਬੜੀ ਸੰਗ ਲੱਗੀ ਸੀ। ਪਰ ਇਹ ਤਾਂ ਪੁਰਾਣੀ ਗੱਲ ਐ। ਹੁਣ ਕਦੇ ਉਹ ਨਹੀਂ ਸੀ ਹੁੰਦਾ। ਇੱਕ ਵਾਰੀ ਭਾਗੀਰਥ ਨੇ ਇੱਕ ਵਾਰੀ ਭਾਗੀਰਥ ਨੇ ਨਰਾਜ਼ ਹੋ ਕੇ ਉਹਨੂੰ ਜਦੋਂ ਆਖਿਆ ਸੀ ਇਹ ਹੋਈ ਨਹੀਂ ਸਕਦਾ ਸੀ। ਉਹਦੀ ਮਾਂ ਜਾਂ ਨਾਨੀ ਦੇਰ ਤੱਕ ਸੁੱਤੀਆਂ ਪਈਆਂ ਹੋਣ। ਉਹ ਤਾਂ ਪਿੱਛੋਂ ਕਦੇ देर ਨਾਲ ਨਹੀਂ ਸੀ ਉੱਠੀ ਸਵੇਰੇ देर ਨਾ ਹੋ ਜਾਏ ਇਸ ਡਰ ਕਾਰਨ ਕਈ ਵਾਰੀ ਤਾਂ ਰਾਤ ਨੂੰ ਉਹਨੂੰ ਜਾਗ ਆ ਜਾਂਦੀ ਕਦੇ ਕਦੇ ਤਾਂ ਉਹਨੂੰ ਨੀਂਦ ਹੀ ਨਾ ਆਉਂਦੀ ਤੇ ਫਿਰ ਦਿਨ ਨੂੰ ਉਹਦਾ ਸਿਰ ਦੁਖਣ ਲੱਗ ਜਾਂਦਾ ਸਿਰ ਦੁਖਣ ਲੱਗ ਜਾਂਦਾ ਤਾਂ ਉਹ ਭਾਗੀਰਥ ਨੂੰ ਕਦੇ ਨਾ ਦੱਸਦੀ ਕਿਉਂਕਿ ਜਦੋਂ ਵੀ ਕਦੇ ਉਹ ਆਖਦੀ ਕਿ ਉਹਦਾ ਕੁਝ ਦੁੱਖਦ ਹੈ ਤਾਂ ਭਾਗੀਰਥ ਬਹੁਤ ਨਰਾਜ਼ ਹੁੰਦਾ ਕਿ ਉਹ ਆਪਣੀ ਸਿਹਤ ਦਾ ਖਿਆਲ ਕਿਉਂ ਨਹੀਂ ਸੀ ਰੱਖਦੀ ਕਈ ਵਾਰ ਉਹਦਾ ਭਾਗੀਰਥ ਨੂੰ ਇਹ ਆਖਣ ਨੂੰ ਵੀ ਮਨ ਕਰਦਾ ਕਿ ਆਪਾਂ ਇਹ ਘਰ ਬਦਲ ਲਈਏ। ਉਹਨੂੰ ਜਿਵੇਂ ਵਹਿਮ ਜਿਹਾ ਹੋ ਗਿਆ ਸੀ ਕਿ ਇੱਥੇ ਰਹਿੰਦੇ ਆ ਭਾਗੀਰਥ ਦੀ ਵੀ ਫੇਫੜਿਆਂ ਦੀ ਬਿਮਾਰੀ ਠੀਕ ਨਹੀਂ ਹੋਣੀ। ਉਹਨੂੰ ਲੱਗਦਾ ਸੀ ਕੋਈ ਕੋਈ ਥਾਂ ਹੀ ਥਾਂ ਹੀ ਸਰੱਪੀ ਹੁੰਦੀ ਹੈ। ਦੇਖੇ ਨਾ ਕਿਸੇ ਥਾਂ ਦੇ ਮੰਦਰ ਬਣਦਾ ਹੈ, ਕਿਸੇ ਥਾਂ ਤੇ ਮੜੀਆਂ, ਇਹ ਥਾਂ ਦੇ ਹੀ ਤਾਂ ਭਾਗ ਹੁੰਦੇ ਨੇ। ਉਸੇ ਤਰ੍ਹਾਂ ਹਸਪਤਾਲ ਵਾਲੀ ਥਾਂ ਨੇ ਜਿਵੇਂ ਇਹ ਸਭ ਦੁੱਖ ਚ ਲੈਣਾ ਹੀ ਹੈ। ਉਹ ਦੁੱਖ ਜਿਵੇਂ ਹਵਾ 'ਚ ਘੁਲ ਜਾਂਦਾ ਤੇ ਨੇੜੇ ਤੇੜੇ ਦੇ ਘਰਾਂ ਦੀਆਂ ਛੱਤਾਂ ਤੇ ਮੰਡ ਲਾਉਂਦਾ ਰਹਿੰਦਾ ਕਿਸੇ ਪ੍ਰੇਤ ਸਾਈ ਵਾਂਗ ਪਰ ਉਹਨੂੰ ਪਤਾ ਸੀ ਭਾਗੀ ਰਤ ਨੇ ਉਹਨੂੰ ਇਹ ਗੱਲ ਸਮਝਾ ਨਹੀਂ ਸਕਣੀ ਹਾਰ ਕੇ ਉਹਨੇ ਇਹੀ ਸੋਚਿਆ ਸੀ ਡਾਕਟਰ ਜਿਵੇਂ ਆਖਦਾ ਉਹ ਸਭ ਕਰੀ ਜਾਓ ਘਰ ਦੀ ਸਫਾਈ ਦੇ ਨਾਲ ਧੂਫ ਗੁੱਗਲ ਡੰਗੀ ਰੱਖਣਾ ਰੋਟੀ ਟੁਕ ਖਾਸ ਧਿਆਨ ਨਾਲ ਬਣਾਉਣਾ ਕੱਪੜੇ ਭਾਂਡਿਆਂ ਨੂੰ ਧੋਣ ਸਮੇਂ ਵਿੱਚ ਦਵਾਈ ਪਾ ਲੈਣੀ ਭਾਗਿਰਥ ਨੂੰ ਦੁੱਧ ਫਲ ਦਵਾਈਆਂ ਬਿਨਾਂ ਨਾਗਾ ਐਨ ਵਕਤ ਸਿਰ ਦੇ ਦੇਣਾ ਤੇ ਉਹਦੇ ਆਰਾਮ ਦਾ ਪੂਰਾ ਧਿਆਨ ਰੱਖਣਾ ਬਹੁਤਾ ਚਿਰ ਬੈਠਣਾ ਨਹੀਂ ਪੜਨਾ ਨਹੀਂ ਬੋਲਣਾ ਨਹੀਂ ਬੇਆਰਾਮ ਜਾਂ ਗੁੱਸੇ ਨਹੀਂ ਹੋਣਾ ਹੋਣ ਦੇਣਾ ਇਹ ਸਭ ਕਾਸੇ ਦਾ ਉਹਨੂੰ ਪਤਾ ਸੀ ਕਈ ਵਾਰੀ ਫਿਲਮ ਦੇਖਣ ਜਾਣੂ ਦਾ ਮਨ ਕਰਦਾ ਪਹਿਲੇ ਪਹਿਲੇ ਇੱਕ ਅੱਧੀ ਵਾਰੀ ਭਾਗਿਰਥ ਨੂੰ ਆਪ ਲੈ ਗਿਆ ਇੱਕ ਦੋ ਵਾਰੀ ਮਾਲੀ ਦੀ ਬੋਟੀ ਨਾਲ ਭੇਜ ਦਿੱਤੀ ਪਰ ਜਦੋਂ ਇੱਕ ਦਿਨ ਉਹਨੇ ਸਿਨੇਮਾ ਚੱਲਣ ਲਈ ਆਖਿਆ ਤਾਂ ਅਗੋਂ ਭਾਗਿਰਥ ਬੋਲੇ ਤੂੰ ਸੋਚ ਸਕਦੀ ਹੈ ਦੇਵੀ ਕੇ ਪਤੀ ਘਰ ਬਿਮਾਰ ਪਿਆ ਹੋਵੇ ਤੇ ਪਤਨੀ ਸਿਨੇਮਾ ਦੇਖਣ ਆਈ ਹੋਵੇ ਅੱਜ ਤੋਂ 20 ਸਾਲ ਪਹਿਲਾਂ ਇਹ ਹੁੰਦਾ ਹੋਏਗਾ ਅੱਜ ਦੀਆਂ ਔਰਤਾਂ ਤਾਂ ਖਬਰੇ ਔਰਤਾਂ ਹੀ ਨਹੀਂ ਰਹਿ ਗਈਆਂ ਇਸ ਤੋਂ ਪਿਛੋਸ਼ਾ ਨੇ ਕਦੇ ਸਿਨੇਮਾ ਜਾਣ ਲਈ ਨਹੀਂ ਸੀ ਆਖਿਆ ਪਗੀਰਤ ਨੇ ਖੁਦ ਵੀ ਜੇ ਕਦੇ ਪੁੱਛਿਆ ਤਾਂ ਉਹਨੇ ਨਾ ਕਰ ਦਿੱਤੀ ਉਹਨੂੰ ਤੇ ਲੱਗਦਾ ਸੀ ਕਿ ਢੀ ਬੇਵਕੂਫ ਸੀ ਜਦੋਂ ਉਹਨੇ ਬਿਮਾਰ ਪਤੀ ਨੂੰ ਸਿਨੇਮਾ ਚੱਲਣ ਲਈ ਆਖਿਆ ਸੀ ਕਦੇ ਵੇਲਾ ਸੀ ਉਹਦਾ ਆਪਣਾ ਪਿੰਡ ਜਾਣ ਨੂੰ ਬਹੁਤ ਮਨ ਕਰਦਾ ਰਹਿੰਦਾ ਸੀ ਪਰ ਹੁਣ ਤੇ ਉਹ ਵੀ ਨਹੀਂ ਸੀ ਉਹ ਵੀ ਨਹੀਂ ਸੀ ਕਰਦਾ ਮਾਸਟਰ ਮਦਨ ਲਾਲ ਉਹਦਾ ਪਾਪਾ ਕਰੂਏ ਦੇ ਵਰਤਾ ਨੂੰ ਬਹੁਤ ਜ਼ੋਰ ਲਾ ਕੇ ਜਦੋਂ ਲੈ ਗਿਆ ਸੀ ਉਦੋਂ ਵੀ ਉਹ ਅਗਲੇ ਦਿਨ ਹੀ ਪਰਤ ਆਈ ਸੀ ਅੱਛਾ ਕੀਤਾ ਆ ਗਈ ਤੇਰੇ ਬਿਨਾ ਤਾਂ ਘਰ ਹੀ ਸੁਨਾ ਸੁਨਾ ਲੱਗਣ ਲੱਗ ਜਾਂਦਾ ਭਗੀ ਰਤ ਨੇ ਜਦੋਂ ਹੱਸ ਕੇ ਆ ਕੇ ਉਹਨੂੰ ਬੜਾ ਚੰਗਾ ਲੱਗਿਆ ਸੀ ਤੁਹਾਨੂੰ ਛੱਡ ਕੇ ਤਾਂ ਮੈਂ ਰੱਬ ਕੋਲ ਵੀ ਨਹੀਂ ਜਾ ਸਕਦੀ ਹੁਸ਼ਾ ਨੇ ਜਵਾਬ ਦਿੱਤਾ ਰੱਬ ਕੋਲ ਤਾਂ ਜਦੋਂ ਗਿਆ ਪਹਿਲੇ ਮੈਂ ਹੀ ਜਾਵਾਂਗਾ ਇਹ ਚੰਦਰੀ ਬਿਮਾਰੀ ਖੜਾ ਹੀ ਨਹੀਂ ਛੱਡਦੀ ਇਸ ਵਾਰੀ ਵਜ਼ਨ ਕਰਵਾਇਆ ਤਾਂ ਅੱਧਾ ਕਿਲੋ ਫੇਰ ਘਟ ਗਿਆ ਭਾਗੀ ਰਤ ਨੇ ਜਦੋਂ ਆਖਿਆ ਓਸ਼ਾ ਦਾ ਜਿਵੇਂ ਕਾਲਜਾ ਹਿੱਲ ਗਿਆ ਇੰਨਾ ਪਰਹੇਜ਼ ਇੰਨੀ احتیاط ਇੰਨੀ ਸੰਭਾਲ ਇੰਨੀਆਂ ਦਵਾਈਆਂ ਤੇ ਵਜ਼ਨ ਫੇਰ ਘਟ ਗਿਆ اے ਪ੍ਰਮਾਤਮਾ ਸੋਚਦੀ ਦਾ ਓਸ਼ਾ ਦਾ ਜਿਵੇਂ ਰੰਗ ਫਿੱਕਾ ਪੈ ਗਿਆ ਉਸ ਘੜੀ ਭਾਗੀ ਰਤ ਨੂੰ ਉਹਦਾ ਬੜਾ ਮੋਹ ਆਇਆ ਤਰਸਵੀ ਪੋਲਿਆ ਜੇ ਮੈਨੂੰ ਕੁਝ ਹੋਣਾ ਹੁੰਦਾ ਤਾਂ ਤੇਰੇ ਆਉਣ ਤੋਂ ਪਹਿਲਾਂ ਪਹਿਲਾਂ ਹੋ ਜਾਣਾ ਸੀ ਹੁਣ ਨਹੀਂ ਕੁਝ ਹੋ ਸਕਦਾ ਪਰ ਤੁਸੀਂ ਬਿਲਕੁਲ ਠੀਕ ਕਦੋਂ ਹੋਵਗੇ ਉਸ਼ਾ ਨੇ ਖੰਭਰ ਕੇ ਆਖਿਆ ਦੋ ਸਾਲਾਂ ਅੰਚ ਜੇ ਤੂੰ ਮੈਨੂੰ ਮਰਨ ਨਾ ਦਿੱਤਾ ਇਹਦਾ ਮਤਲਬ ਹੈ ਠੀਕ ਵੀ ਕਰ ਲਾਂਗੀ ਮੈਨੂੰ ਤਾਂ ਲੱਗਦਾ ਹੈ ਦੇਵੀ ਭਗੋਤੀ ਦੇ ਕੁਝ ਵੀ ਵੱਸੋਂ ਬਾਹਰ ਨਹੀਂ ਪਪਾ ਆਖਦੇ ਸਨ ਰਾਤ ਦੇ ਅੰਧਕਾਰ ਦਾ 우ਸ਼ਾ ਨਾਸ਼ ਕਰ ਦਿੰਦੀ ਹੈ ਇਸੇ ਲਈ ਤੇਰਾ ਨਾਮ 우ਸ਼ਾ ਰੱਖਿਆ 우ਸ਼ਾ ਨੇ ਹੱਸ ਕੇ ਦੱਸਿਆ ਪਰ ਮੇਰੀ ਤਾਂ ਤੂੰ ਦੇਵੀ ਹੈ ਸਰਬ ਕਲਾ ਸਮਰੱਥ ਦੇਵੀ ਇਸੇ ਲਈ ਮੈਂ ਤੇਰਾ ਨਾਮ ਵਿਆਹ ਵੇਲੇ ਆਪਣੇ ਮਨ ਚ ਊਸ਼ਾ ਤੋਂ ਦੇਵੀ ਬਦਲ ਦਿੱਤਾ ਸੀ ਤੇ ਉਸ ਰਾਤ ਬੈਡਰੂਮ ਦੇ ਪਿਛਲੇ ਬਾਰੀ ਵਿੱਚ ਆਉਂਦੀ ਲੰਘ ਕੇ ਤਾਰਿਆਂ ਉੱਪਰ ਦੀ ਤੁਰਦੀ ਉਹ ਊਸ਼ਾ ਨੂੰ ਜਿਵੇਂ ਉਹਦੇ ਪਿੰਡ ਛੱਡ ਆਈ ਸੀ ਇਸ ਘਰ ਚ ਸਿਰਫ ਦੇਵੀ ਦੀ ਜ਼ਰੂਰਤ ਸੀ ਧੰਨਵਾਦ